ਜੀ 6 ਪਿਕ ਮਿਸ਼ਨ ਲੇਟੈਸਟ ਨਿਊਜ਼ ਨਾਲ ਆਪ ਸਭ ਦੇ ਸਨ ਮੁਖ ਹੋ ਰਹੇ ਆ। ਸੋ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਜਿਹੜੀ ਮੁੱਖ ਮੰਤਰੀ ਦੀ ਮੀਟਿੰਗ ਹੋਈ ਆ ਉਹਦੇ ਸੰਬੰਧੀ ਆਪਾਂ ਇਹ ਨਿਊਜ਼ ਨੂੰ ਡਿਸਕਸ ਕਰਦੇ ਆ। ਉਸ ਤੋਂ ਪਹਿਲਾਂ ਸਾਰਿਆਂ ਨੂੰ ਰਿਕਵੈਸਟ ਹੈ ਜਿਨ੍ਹਾਂ ਨੇ ਹਲੇ ਤੱਕ ਨਹੀਂ ਚੈਨਲ ਨੂੰ ਸਬਸਕ੍ਰਾਈਬ ਕੀਤਾ ਪਲੀਜ਼ ਜਿਹੜਾ ਰੈੱਡ ਬਟਨ ਤੁਹਾਨੂੰ ਸ਼ੋ ਹੋ ਰਿਹਾ ਉੱਤੇ ਕਲਿੱਕ ਕਰ ਦਿਓ ਤਾਂ ਜੋ ਸਾਰੀਆਂ ਨਿਊਜ਼ ਤੁਹਾਡੇ ਤੱਕ ਟਾਈਮ ਟੂ ਟਾਈਮ ਪਹੁੰਚ ਸਕਣ। ਸੋ ਸਟਾਰਟ ਕਰਦੇ ਆ ਇਸ ਮੀਟਿੰਗ ਦੇ ਵਿੱਚ ਕੀ ਫੈਸਲਾ ਹੋਇਆ ਪੂਰੀ ਜਿਹੜੀ ਖਬਰ ਆਪਾਂ ਪੜਦੇ ਆ। ਅੱਜ ਸੀਸੀਪੀਐਫ ਕਰਮਚਾਰੀ ਯੂਨੀਅਨ ਦੇ ਵਫਤ ਦੀ ਮੀਟਿੰਗ ਮੁੱਖ ਮੰਤਰੀ ਨਿਵਾਸ ਤੇ ਅਧਿਕਾਰੀਆਂ ਨਾਲ ਹੋਈ। ਜਿਸ ਵਿੱਚ ਸਰਕਾਰ ਵੱਲੋਂ ਪ੍ਰਾਣੀ ਪੈਨਸ਼ਨ ਦੇ ਮੁੱਦੇ ਤੇ ਹੀ ਹਾਂ ਪੱਖੀ ਹੰਗਾਰਾ ਦਿੱਤਾ ਗਿਆ। ਸਰਕਾਰ ਵੱਲੋਂ ਪ੍ਰਾਣੀ ਪੈਨਸ਼ਨ ਬਹਾਲ ਕਰਨ ਲਈ ਬਣਾਈ ਗਈ ਰਿਵਿਊ ਕਮੇਟੀ ਜਿਸ ਦੇ ਚੇਅਰਮੈਨ ਡੀਪੀ ਰੈਡੀ ਜੀ ਰਿਟਾਇਰਡ ਆਈਏਐਸ ਹਨ ਉਹਨਾਂ ਦੇ ਨਾਲ ਵੀ ਮੌਕੇ ਤੇ ਗੱਲਬਾਤ ਹੋਈ। ਜਿਨ੍ਹਾਂ ਨੇ ਦੱਸਿਆ ਕਿ 17 ਸਤੰਬਰ ਨੂੰ ਉਹ ਐਨਐਸਡੀਐਲ ਦੇ ਅਧਿਕਾਰੀਆਂ ਨਾਲ ਮੀਟਿੰਗ ਕਰ ਰਹੀ ਹਨ। ਜਿਸ ਉਪਰੰਤ ਉਹ 24 ਜਾਂ 25 ਸਤੰਬਰ ਨੂੰ ਸੀਪੀਐਫ ਕਰਮਚਾਰੀ ਯੂਨੀਅਨ ਪੰਜਾਬ ਦੇ ਵਫਦ ਨਾਲ ਮੀਟਿੰਗ ਕਰਨਗੇ। ਸਾਥੀਓ 14 14 ਅਗਸਤ ਦੀ ਇਤਿਹਾਸਿਕ ਰੈਲੀ ਦਾ ਅਸਰ ਸਰਕਾਰ ਤੇ ਅੱਜ ਵੀ ਹੈ ਅਤੇ ਅਜੇ ਹਾਂ ਦਮਾਂ ਜਾਰੀ ਰੱਖਣ ਲਈ ਅਕਤੂਬਰ ਮਹੀਨੇ ਵਿੱਚ ਪਟਿਆਲਾ ਵਿਖੇ ਨੈਸ਼ਨਲ ਪੱਧਰ ਦੀ ਪੁਰਾਣੀ ਪੈਨਸ਼ਨ ਸੰਬੰਧੀ ਇੱਕ ਵੱਡੀ ਰੈਲੀ ਕੀਤੀ ਜਾਵੇਗੀ ਜਿਸ ਵਿੱਚ ਦੇਸ਼ ਦੇ ਵੱਖ-ਵੱਖ ਰਾਜਾਂ ਵਿਭਾਗਾਂ ਤੋਂ ਕਰਮਚਾਰੀ ਸ਼ਾਮਲ ਹੋਣਗੇ ਸੋ ਸਾਥੀਓ ਜਿੱਥੇ ਪੰਜਾਬ ਸਰਕਾਰ ਨਾਲ ਲਗਾਤਾਰ ਗੱਲਬਾਤ ਦਾ ਦੌਰ جاری ਹੈ ਉੱਥੇ ਹੀ ਸੰਘਰਸ਼ ਦੀ ਲੜੀ ਨੂੰ ਅੱਗੇ ਵਧਾਉਂਦੇ ਹੋਏ ਅਕਤੂਬਰ ਮਹੀਨੇ ਦੇ ਨੈਸ਼ਨਲ ਪਧਰੀ ਸੰਘਰਸ਼ ਦੀ ਰੈਲੀ ਵੀ ਨਾਲ-ਨਾਲ ਸ਼ੁਰੂ ਕੀਤੀ ਜਾਵੇ ਸੋ ਇਸ ਮੀਟਿੰਗ ਦੇ ਵਿੱਚ ਇੱਕ ਜਿਹੜਾ ਮੁਲਾਜ਼ਮਾਨ ਨੇ ਇੱਕ ਸੰਘਰਸ਼ ਸਰਕਾਰ ਦੇ ਅੱਗੇ ਕੰਟੀਨਿਊ ਰੱਖਣਾ ਹੈਗਾ ਆਪਣੀਆਂ ਮੰਗਾਂ ਨੂੰ ਲਈ ਤੇ ਕਰਮਚਾਰੀਆਂ ਨੂੰ ਇੱਕੇ ਦੇ ਵਿੱਚ ਸ਼ਾਮਲ ਹੋਣ ਦੀ ਰਿਕਵੈਸਟ ਕੀਤੀ ਗਈ ਹੈ ਸੋ ਪੂਰੀ ਆਸ ਹੈ ਤੁਹਾਨੂੰ ਇਸ ਨਿਊਜ਼ ਨਾਲ ਕਾਫੀ ਜਾਣਕਾਰੀ ਮਿਲੀ ਹੈ ਸੋ ਇਸੇ ਤਰੀਕੇ ਨਾਲ ਮੁਲਾਜ਼ਮਾ ਦੇ ਨਾਲ ਸੰਬੰਧਿਤ ਜਿਹੜੀਆਂ ਅਪਡੇਟ ਲੈ ਕੇ ਆਉਂਦੇ ਰਵਾਂਗੇ ਸੋ ਪਲੀਜ਼ ਸਾਰਿਆਂ ਨੂੰ ਫੇਰ ਰਿਕਵੈਸਟ ਹੈ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਐਂਡ ਸ਼ੇਅਰ ਕਰੋ ਤਾਂ ਜੋ ਅਸੀਂ ਮਿਹਨਤ ਕਰਦੇ ਆਂ ਤਾਂ ਜੋ ਸਾਨੂੰ ਇੱਕ ਉਮੀਦ ਹੋ ਜਾਂਦੀ ਹੈ ਜਦੋਂ ਤੁਸੀਂ ਇੱਕ ਹੌਸਲਾ ਦਿੰਦੇ ਹੋ